ਮਹਿੰਗਾਈ ਦੀ ਮਾਰ ਚੱਲ ਰਹੀ ਲੋਕਾਂ ਲਈ ਖੁਸ਼ਖਬਰੀ ਹੈ, ਹੁਣ ਟਮਾਟਰ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ। ਟਮਾਟਰ ਦੀ ਸਪਲਾਈ ਵਧਣ ਕਾਰਨ ਇਸ ਦੇ ਭਾਅ ਲਗਭਗ 1.5 ਚੁਤਾਈ ਤੱਕ ਡਿੱਗੇ ਨੇ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਤਵਾਰ ਨੂੰ ਅਧਿਕਾਰਤ ਤੌਰ 'ਤੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਪਲਾਈ 'ਚ ਸੁਧਾਰ ਕਾਰਨ ਟਮਾਟਰਾਂ ਦੀਆਂ ਪ੍ਰਚੂਨ ਕੀਮਤਾਂ 'ਚ ਪਹਿਲਾਂ ਦੀ ਬਜਾਏ ਹੁਣ ਮਹੀਨਾਵਾਰ ਆਧਾਰ 'ਤੇ 22.4% ਦੀ ਗਿਰਾਵਟ ਆਈ ਹੈ। ਮੰਤਰਾਲੇ ਦੇ ਅਨੁਸਾਰ 14 ਨਵੰਬਰ ਨੂੰ ਟਮਾਟਰ ਦੀ ਆਲ ਇੰਡੀਆ ਔਸਤ ਪ੍ਰਚੂਨ ਕੀਮਤ 52.35 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਜੇਕਰ 14 ਅਕਤੂਬਰ ਦੀ ਗੱਲ ਕਰੀਏ ਤਾਂ ਔਸਤ ਕੀਮਤ 67.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਮਾਟਰ ਦੀ ਆਮਦ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਥੋਕ ਕੀਮਤਾਂ ਵਿੱਚ 50% ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਮੰਤਰਾਲੇ ਮੁਤਾਬਕ ਅਨੁਕੂਲ ਮੌਸਮ ਕਾਰਨ ਇਸ ਵਾਰ ਟਮਾਟਰ ਦਾ ਬੰਪਰ ਉਤਪਾਦਨ ਹੋਣ ਦੀ ਉਮੀਦ ਹੈ। ਕਿਸਾਨ ਟਮਾਟਰ ਦੀ ਸਿੱਧੀ ਮੰਡੀਆਂ ਵਿੱਚ ਸਪਲਾਈ ਕਰ ਰਹੇ ਨੇ। ਵਿੱਤੀ ਸਾਲ 2023-24 'ਚ ਟਮਾਟਰ ਦਾ ਉਤਪਾਦਨ 4% ਵੱਧ ਕੇ 213.20 ਲੱਖ ਟਨ ਹੋ ਸਕਦਾ ਹੈ। ਇਸ ਦੇ ਨਾਲ ਹੀ ਅਕਤੂਬਰ 'ਚ ਥੋਕ ਮੁੱਲ ਸੂਚਾਂਕ ਅੰਕ ਮਹਿੰਗਾਈ ਦਰ 2.36% ਵਧੀ ਹੈ। ਪਿਛਲੇ 4 ਮਹੀਨਿਆਂ 'ਚ ਅਕਤੂਬਰ 'ਚ ਇਹ ਜ਼ਿਆਦਾ ਦਰਜ ਕੀਤਾ ਗਿਆ ਹੈ। ਖੁਰਾਕੀ ਵਸਤਾਂ, ਸਬਜ਼ੀਆਂ ਆਦਿ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਵਿੱਚ ਵਾਧਾ ਹੋਇਆ। ਸਤੰਬਰ 'ਚ ਮਹਿੰਗਾਈ ਦਰ 1.84 ਦੇ ਪੱਧਰ 'ਤੇ ਸੀ, ਜਦੋਂ ਕਿ ਅਕਤੂਬਰ 2023 'ਚ ਇਹ 0.026% ਦੇ ਪੱਧਰ 'ਤੇ ਸੀ।